ਦੋਸਤੋ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬੀ ਗਕਾ ਅਫਸਾਨਾ ਖਾਨ ਅਤੇ ਸਾਜ਼ ਦੋਨਾਂ ਦੀ ਐਂਗੇਜਮੈਂਟ ਹੋ ਚੁੱਕੀ ਹੈ ਅਤੇ ਇਹ ਦੋਨੇ ਹੀ ਫਰਵਰੀ ਮਹੀਨੇ ਦੇ ਵਿੱਚ ਵਿਆਹ ਦੇ ਵੰਦਨ ਦੇ ਵਿੱਚ ਵੀ ਬੰਦੇ ਜਾਣੇ ਸਨ ਪਰ ਇਸੇ ਵਿਚਕਾਰ ਹੁਣ ਸਾਜ਼ ਦੀ ਅਸਲੀਅਤ ਲੋਕਾਂ ਸਾਹਮਣੇ ਆ ਗਈ ਹੈ ਦੱਸਦੀ ਹੈ ਕਿ ਜਾਣਕਾਰੀ ਮੁਤਾਬਕ ਸਾਜ਼ ਦਾ ਪਹਿਲਾਂ ਹੀ ਵਿਆਹ ਹੋ ਚੁੱਕਾ ਹੈ ਦਰਅਸਲ ਵਿੱਚ ਸਾਜ਼ ਦੀ ਪਹਿਲੀ ਪਤਨੀ ਨੇ ਸਾਜ਼ ਦੇ ਦੂਜੇ ਵਿਆਹ ਕਰਵਾਏ ਜਾਣ ਦੇ ਖਿਲਾਫ ਕੇਸ ਦਰਜ ਕਰਵਾਇਆ ਹੈ ਦੱਸਦੀ ਹੈ ਕਿ ਸਾਜ਼ ਦੀ ਪਹਿਲੀ ਪਤਨੀ ਦਾ ਅੰਨੂ ਸ਼ਰਮਾ ਹੈ ਉਸਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਸਾਜ ਦੇ ਨਾਲ ਵਿਆਹ ਅੱਜ ਤੋਂ ਪਹਿਲਾਂ ਹੀ ਤਕਰੀਬਨ 7 ਸਾਲ ਪਹਿਲਾਂ ਹੋ ਚੁੱਕਾ ਸੀ ਤੇ ਉਹਨਾਂ ਦੇ ਘਰ ਇੱਕ ਬੇਟੀ ਨੇ ਵੀ ਜਨਮ ਲਿਆ ਪਰ ਸਾਜ ਨੇ ਧੋਕੇ ਨਾਲ ਆਪਣੀ ਪਹਿਲੀ ਪਤਨੀ ਅੰਨੂ ਸ਼ਰਮਾ ਨੂੰ ਤਲਾਕ ਦੇ ਦਿੱਤਾ ਦੱਸਦੀ ਹੈ ਕਿ ਸਾਜ ਪਹਿਲਾਂ ਇੱਕ ਉੜੀਸਾ ਦੀ ਫੈਕਟਰੀ ਦੇ ਵਿੱਚ ਇੱਕ ਕੰਟਰੈਕਟਰ ਦੇ ਵਜੋਂ ਕੰਮ ਕਰਦਾ ਸੀ ਤੇ ਉਹ ਰਾਏਪੁਰ ਛੱਤੀਸਗੜ ਅਕਸਰੀ ਆਉਂਦਾ ਜਾਂਦਾ ਵੀ ਰਹਿੰਦਾ ਸੀ ਤੇ ਇਸੇ ਦੌਰਾਨ ਅੰਨੂ ਸ਼ਰਮਾ ਤੇ ਸਾਜ ਇੱਕ ਦੂਜੇ ਦੇ ਚੰਗੇ ਦੋਸਤ ਬਣ ਗਏ ਤੇ ਇਹਨਾਂ ਦੋਨਾਂ ਨੇ ਵਿਆਹ ਕਰਵਾ ਲਿਆ ਜਿਸ ਤੋਂ ਬਾਅਦ ਇਹ ਦੋਨੇ ਜਿਰਕਪੁਰ ਆ ਕੇ ਰਹਿਣ ਲੱਗੇ ਵਿਆਹ ਤੋਂ ਬਾਅਦ ਸਾਜ ਵੱਲੋਂ ਅਨੂ ਸ਼ਰਮਾ ਨੂੰ ਦੇਹੇਜ਼ ਦੇ ਲਈ ਕੁੱਟਿਆ ਮਾਰਿਆ ਜਾਣ ਲੱਗਾ ਤੇ ਉਸ ਦੀ ਪਤਨੀ ਵਾਪਸ ਰਾਏਕੋਟ ਆਗੇ ਤੇ ਉਸਨੇ ਊਮਨ ਸੈਲ ਦੇ ਵਿੱਚ ਕੇਸ ਦਰਜ ਕਰਵਾ ਦਿੱਤਾ ਪਰ ਜਦੋਂ ਅਨੂ ਸ਼ਰਮਾ ਨੂੰ ਪਤਾ ਲੱਗਾ ਕਿ ਸਾਜ ਪੰਜਾਬੀ ਗੈਕਾਫਸਾਨਾ ਖਾਨ ਨਾਲ ਫਿਰ ਤੋਂ ਵਿਆਹ ਕਰਵਾਉਣ ਜਾ ਰਿਹਾ ਹੈ ਉਸ ਤੋਂ ਬਾਅਦ ਅਨੂ ਨੇ ਸਾਜ ਨਾਲ ਗੱਲ ਕਰਨ ਦੀ ਬਹੁਤ ਜਿਆਦਾ ਕੋਸ਼ਿਸ਼ ਕੀਤੀ ਪਰ ਸਾਜ ਨੇ ਅਨੂ ਸ਼ਰਮਾ ਦਾ ਫੋਨ ਨਹੀਂ ਚੁੱਕਿਆ ਅਨੂ ਸ਼ਰਮਾ ਨੂੰ ਲੋਕਾਂ ਦੇ ਵੱਲੋਂ ਸਾਲ 2019 ਦੇ ਵਿੱਚ ਪਤਾ ਲੱਗਾ ਕਿ ਸਾਜ ਨੇ ਉਸ ਦੇ ਨਾਲ ਧੋਖੇ ਦੇ ਨਾਲ ਤਲਾਕ ਲਿਆ ਸੀ ਦੱਸ ਦਈਏ ਕਿ ਅਨੂ ਦਾ ਸਾਜ ਵੱਲੋਂ ਜੋ ਐਡਰੈਸ ਭਰਿਆ ਗਿਆ ਸੀ ਉਹ ਬਿਲਕੁਲ ਹੀ ਗਲਤ ਸੀ ਜਿਸ ਕਾਰਨ ਕੋਟ ਅਧਿਕਾਰੀ ਉਸ ਦੀ ਪਤਨੀ ਤੱਕ ਪਹੁੰਚ ਨਹੀਂ ਕਰ ਸਕੇ ਤੇ ਉਸ ਦੀ ਪਤਨੀ ਨੇ ਹੁਣ ਫਿਰ ਤੋਂ ਸਾਜਿਕ ਲਾਫ ਮੁਹਾਲੀ ਦੇ ਵਿੱਚ ਕੇਸ ਦਰਜ ਕਰਵਾਇਆ ਹੈ ਤੇ ਉਸ ਨੇ ਕਿਹਾ ਹੈ ਕਿ ਸਾਜ ਅਤੇ ਅਫਸਾਨਾ ਖਾਂ ਦਾ ਵਿਆਹ ਨਹੀਂ ਹੋਣਾ ਚਾਹੀਦਾ ਬਾਕੀ ਦੋਸਤੋ ਇਹ ਸਾਰੀ ਗੱਲ ਦਾ ਫੈਸਲਾ ਮਿਤੀ 18 ਜਨਵਰੀ ਨੂੰ ਹੋਈ ਜਾਵੇਗਾ ਬਾਕੀ ਤੁਹਾਨੂੰ ਇਸ ਦੇ ਬਾਬਤ ਕੀ ਲੱਗਦਾ ਹੈ ਨੀਚੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਜ਼ਾ ਵੀਡੀਓ ਸਭ ਤੋਂ ਪਹਿਲਾ ਵੇਖਣ ਦੇ ਲਈ ਮਿਲਦਾ ਕਿਸੇ ਹੋਰ ਨਵੇਂ ਵੀਡੀਓ ਦੇ ਵਿੱਚ ਧੰਨਵਾਦ